ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਦੋਸਤੋ ਪਾਕਿਸਤਾਨ ਗਿਆ ਜੀ 6 ਨੰਬਰ ਤੇ ਤੇ ਭਾਰਤ ਆਇਆ ਦੂਸਰੇ ਨੰਬਰ ਤੇ ਇੱਕ ਨੰਬਰ ਤੇ ਆਇਆ ਰੂਸ ਦਰਸਲ ਕੀ ਹੈ ਪੂਰੀ ਇਸ ਕਹਾਣੀ ਇਹ ਨੰਬਰਾਂ ਦਾ ਕੀ ਹੈ ਐਡਗੇਡ ਮੈਂ ਦੱਸਣਾ ਚਾਹੁੰਦਾ ਕਿ ਦਰਸਲ ਰੂਸ ਦੇ ਸ਼ਹਿਰ ਚਲੀਆ ਬਿਸਕ ਵਿਖੇ ਇੱਕ ਬਹੁਤ ਮਤਲਬ ਫੌਜੀਆ ਦਾ ਇੱਕ ਯੁੱਧ ਅਭਿਆਸ ਹੋ ਰਿਹਾ ਸੀ ਜਿਸ ਦੇ ਵਿੱਚ ਤਕਰੀਬਨ 6 ਤੋਂ 8 ਕੰਟਰੀਆਂ ਨੇ ਭਾਗ ਲਿਆ। ਔਰ ਜਦੋਂ ਹੀ ਇਸ ਕੰਟਰੀਆਂ ਨੇ ਹਿੱਸਾ ਇਸ ਯੁੱਧ ਅਭਿਆਸ ਦੇ ਵਿੱਚ ਲਿਆ ਤੇ ਜਿਨ੍ਹਾਂ ਵਿੱਚ ਪਾਕਿਸਤਾਨ ਵੀ ਸੀ, ਚੀਨ ਵੀ ਸੀ ਔਰ ਸਾਡਾ ਭਾਰਤ ਵੀ ਸੀ। ਲੇਕਿਨ ਜਦੋਂ ਭਾਰਤੀ ਫੌਜ ਨੇ ਅਭਿਆਸ ਸ਼ੁਰੂ ਕੀਤਾ ਤਾਂ ਸੱਚਮੁੱਚ ਸਾਰਿਆਂ ਦੀਆਂ ਅੱਖਾਂ ਅਡਿਆਂ ਦੀਆਂ ਅਡਿਆਂ ਰਹਿ ਗਈਆਂ। ਔਰ ਚਾਰੇ ਪਾਸੇ ਹੋਣ ਲੱਗ ਪਏ ਭਾਰਤੀ ਫੌਜ ਦੇ ਚਰਚੇ। ਚਰਚੇ ਵੀ ਇਸ ਕਦਰ ਕਿ ਇੰਨੀ ਇਨਾਂ ਚ শারਪਨੈਸ ਹੈ ਇੰਨੀ ਕੁਇਕਨੈਸ ਹੈ ਕਿ ਹਰ ਐਕਸ਼ਨ ਨੂੰ ਮਿੰਟ ਸਕੈਂਡ ਵਿੱਚ ਕਰਕੇ ਉਹ ਮਾਰਦੇ ਨੇ ਲੇਕਿਨ ਚੀਨ ਜਿਹੜਾ ਕਿ ਆਏ ਦਿਨ ਆਪਣੇ ਹਥਿਆਰਾਂ ਦੀ ਗੱਲ ਕਰਦਾ ਹੈ ਤਾਕਤ ਦੀ ਗੱਲ ਕਰਦਾ ਹੈ ਕਿਤੇ ਨਜ਼ਰ ਤੱਕ ਨਹੀਂ ਆਇਆ ਔਰ ਪਾਕਿਸਤਾਨ ਜਿਹੜਾ ਸਿਰਫ ਤਾਂ ਸਿਰਫ ਪਿੱਠ ਦੇ ਪਿੱਛੇ ਵਾਰ ਕਰ ਸਕਦਾ ਹੈ ਲੇਕਿਨ ਜਦੋਂ ਜਦੋਂ ਉਹਨੇ ਭਾਰਤ ਦੇ ਨਾਲ ਸਾਹਮਣੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਉਸ ਨੂੰ ਮੂੰਹ ਦਿਖਾਣੀ ਪਈ ਹੈ ਔਰ ਇਸ ਯੁੱਧ ਅਭਿਆਸ ਦੇ ਵਿੱਚ ਭਾਰਤ ਆਇਆ ਦੂਸਰੇ ਨੰਬਰ ਤੇ ਔਰ 6ਵੇਂ ਨੰਬਰ ਤੇ ਆਇਆ ਜੀ ਪਾਕਿਸਤਾਨ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਦੋਸਤੋ ਕਿ ਇਹ 29 ਤਰੀਕ ਨੂੰ 29 ਅਗਸਤ ਨੂੰ ਯੁੱਧ ਅਭਿਆਸ ਜਿਹੜਾ ਉਹ ਖਤਮ ਹੋਇਆ ਹੈ ਲੇਕਿਨ ਖਤਮ ਹੋਣ ਤੋਂ ਬਾਅਦ ਹੁਣ ਚਾਰੇ ਪਾਸੇ ਭਾਰਤੀ ਫੌਜ ਦੇ ਚਰਚੇ ਹੁੰਦੇ ਨਜ਼ਰ ਆ ਰਹੇ ਨੇ ਔਰ ਦੂਸਰੀ ਗੱਲ ਪਾਕਿਸਤਾਨ ਇਸ ਗੱਲ ਨੂੰ ਲੈ ਕੇ ਸ਼ਰਮਿੰਦਾ ਹੈ ਕਿ ਅਸੀਂ ਜਦੋਂ-ਜਦੋਂ ਵੀ ਸਾਹਮਣੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਯੁੱਧ ਅਭਿਆਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹਨਾਂ ਦਾ ਪਹਿਲਾ ਚਾਂਸ ਸੀਗਾ ਪਰ ਫਿਰ ਵੀ ਉਹਨਾਂ ਨੂੰ ਇਹ ਦੱਸ ਦਿੰਦਾ ਹੈ ਕਿ ਅਸੀਂ ਜਿੰਨੀ ਔਕਾਤ ਦੇ ਹਾਂ ਉਨੀ ਹੀ ਔਕਾਤ ਵਿੱਚ ਰਹੀ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਐਵਰ ਨਿਊਜ਼ ਐਂਡ ਕਲਿਕ ਦ ਬੈਲ ਆਈਕਨ